ਗੋਡੇ ਵਿੱਚ ਪਾਉਣੀ ਸੀ ਹਾਂ ਜੀ ਗੋਡੇ ਅਤੇ ਗੋਡੇ ਵਿੱਚ ਕੀ ਪਾਉਣਾ ਸੀ ਗੈਪ ਕਿੰਨਾ ਆ ਗੋਡੇ ਦੇ ਵਿੱਚ ਕਿ ਅਕਸਰ ਦੇ ਵਿੱਚ ਗੈਪ ਆਇਆ ਸੀ ਫਿਰ ਇਹਨਾਂ ਨੂੰ ਅਕਸਰ ਕਿ ਗੋਡੇ ਵਿੱਚ ਮਾਸ ਜਿਹੜੇ ਵੀ ਨਾ ਚਰਬੀ ਚਰਬੀ ਕਰਦੀ ਹੈ ਇਸ ਨਹੀਂ ਵਿੱਚ ਆ ਗਈ ਡਾਕਟਰ ਨੇ ਕੀ ਬੋਲਿਆ ਸੀ ਉਹਨਾਂ ਨੇ ਨਹੀਂ ਮੈਨੂੰ ਠੀਕ ਹੈ ਉਹਨਾਂ ਨੇ ਤਾਂ ਦਵਾਈਆਂ ਦਿੱਤੀਆਂ ਪਰ ਗੋਡੇ 'ਚ ਗੈਪ ਲੱਗਦਾ ਅਕਸਰ ਵਿੱਚ ਉਹਨੇ ਦੱਸਿਆ ਨੇ ਭੀੜ ਬਹੁਤ ਜ਼ਿਆਦਾ ਮੈਂ ਬਹੁਤੇ ਜਣਿਆਂ ਦੱਸਦੇ ਨੇ ਕਿੱਡੀ ਉੱਤੋਂ ਬਹੁਤ ਸਾਰੀ ਸੰਗਤ ਠਾਂ ਉੱਤਰਦੀ ਆਉਂਦੀ ਤੇ ਤਾਂ ਹੀ ਕਰਦੀ ਸੀ ਪਰਮੇਸ਼ਰ ਦਾ ਸਾਨੂੰ ਨਾ ਦਿਆ ਸੋੜ ਦਾ ਵੀ ਸ਼ੁਕਰ ਸਕਦੀ ਜੋ ਕੋਈ ਮੈਂ ਨਾ ਕੁਝ ਦਿਨ ਪਹਿਲਾਂ ਸ਼ੂਗਰ ਚੈੱਕ ਕਰਾਈ 400 ਸ਼ੂਗਰ ਆਈ 400 ਮੇਰੇ ਲੱਤ ਜ਼ਖਮੀ ਸੀਗਾ ਉਹ ਹਟ ਨਹੀਂ ਰਿਹਾ ਭਾਜੀ ਨੂੰ ਮੈਂ ਕਿਹਾ ਭਾਜੀ 400 ਸ਼ੂਗਰ ਆਈ ਭਾਜੀ ਕਿਤੇ ਚੈੱਕ ਕਰਾ ਹੁੰਦੀ ਆਏਗੀ ਹਾਂਜੀ ਮੈਂ ਕੱਲ੍ਹ ਫਿਰ ਸ਼ੂਗਰ ਚੈੱਕ ਕਰਾਈ 100 ਹੈ ਜੀ 100 ਬਿਲਕੁਲ ਨਾਰਮਲ ਆਈ ਰੱਬ ਨੇ ਪੋਤਰਾ ਦਿੱਤਾ ਤੇ ਗਿਫਟ ਦਿੱਤਾ ਪਰਮੇਸ਼ਰ ਨੇ ਸਾਰਿਆਂ ਨਾਲੋਂ ਪਹਿਲਾਂ ਆਪਣਾ ਪਰਮੇਸ਼ਰ ਦੇ ਜਿਹੜੇ ਦਾਸ ਉਹਨਾਂ ਦਾ ਧੰਨਵਾਦ ਕਰਦਾ ਕਿ ਮੈਨੂੰ ਉਹਨਾਂ ਨੇ ਬਾਈਬਲ ਸਕੂਲ ਵਾਸਤੇ ਜਿੱਦ ਕੇ ਚੁਣਿਆ ਅਤੇ ਪਰਮੇਸ਼ਰ ਨੇ ਚੁਣਿਆ ਅਤੇ ਉਹਦੇ ਵਾਸਤੇ ਮੈਂ ਧੰਨਵਾਦ ਕਰਦਾ ਪਰਮੇਸ਼ਰ ਦਾ ਵੀ ਸਾਰਿਆਂ ਨਾਲ ਜ਼ਿਆਦਾ ਮੈਂ ਧੰਨਵਾਦ ਕਰਦਾ ਮੇਰੇ ਭਰਾ ਦਾ ਜਿਹਨੇ ਮੈਨੂੰ ਇਨਕਰੇਜ਼ ਕੀਤਾ ਇਹਦੇ ਵਾਸਤੇ ਕਿ ਬਾਈਬਲ ਸਕੂਲ ਵਾਸਤੇ ਤੈਨੂੰ ਜਾਣਾ ਚਾਹੀਦਾ ਤੇਰਾ ਜੀਵਨ ਬਦਲੇਗਾ ਅਤੇ ਪਰਮੇਸ਼ਰ ਨੇ ਮੈਨੂੰ ਆਪਣੀ ਮਹਿਮਾ ਵਾਸਤੇ ਚੁਣਿਆ ਮੈਂ ਆਪ ਧੰਨਵਾਦ ਕਰਦਾ ਪਰਮੇਸ਼ਰ ਦਾ ਅੱਜ ਪਰਮੇਸ਼ਰ ਨੇ ਪੂਰੀ ਇੱਥੇ ਸਮਰੱਥ ਆਪਣੀ ਦਿਖਾਈ ਬੜੀ ਰੋਸ਼ਨੀ ਹੈਗੀ ਹੈ ਪਰਮੇਸ਼ਰ ਦੀ ਜਿਹੜੇ ਭਾਈ ਭੈਣਾਂ ਨੇ ਰਿਸੀਵ ਕੀਤਾ ਉਹਨਾਂ